ਨੰਬਰ, ਚਾਰ ਨੰਬਰ ਜੋਸ਼ ਐਪ, ਚਾਰ ਨੰਬਰ ਅੱਠ ਨੰਬਰ, ਅੱਠ ਨੰਬਰ, ਅੱਠ ਨੰਬਰ ਤੇ ਇੱਕੀ ਨੰਬਰ. ਥੈਂਕ ਯੂ ਸੋ ਮਚ. ਗੁਜਰਾਲ ਐਜੂਕੇਸ਼ਨ ਤੋਂ ਮੈਂ ਬੋਲਾਂਗੀ ਸਤਨਾਮ ਸਿੰਘ ਜੀ ਕਿ ਉਹ ਸਟੇਜ ਤੇ ਆਉਣ ਔਰ ਚੈੱਕ ਲੈ ਕੇ ਆਉਣ. ਜੀ ਟੀਮ ਨੂੰ ਬੋਲਾਂਗੀ ਚੈੱਕ ਲੈ ਕੇ ਆਉਣ. ਇੱਕੀ ਨੰਬਰ ਮੈਂ ਜੱਜ ਸਾਹਿਬਾਨਾਂ ਨੂੰ ਬੋਲਾਂਗੀ ਕਿ ਉਹ ਸਟੇਜ ਤੇ ਆ ਜਾਣ. ਜੀ ਮੈਂ ਗੁਨੀਤ ਕੌਰ ਨੂੰ ਕਹਾਂਗੀ ਕਿ ਉਹ ਸਟੇਜ 'ਤੇ ਆਉਣ ਅਤੇ ਕੁੜੀਆਂ ਨੂੰ
ਆਪਣੇ ਵੱਲੋਂ ਛੋਟੇ ਛੋਟੇ ਗਿਫਟ ਜਿਨ੍ਹਾਂ ਦਾ ਵੀ ਮੈਂ ਨਾਮ ਲਵਾਂਗੀ ਉਹ ਵੀ ਸਟੇਜ ਤੇ ਆ ਜਾਣ। ਦਵਿੰਦਰ ਕੌਰ ਸਟੇਜ ਤੇ ਆ ਜਾਏ ਤੇ ਮੈਂ ਗੁਨੀਤ ਨੂੰ ਵੀ ਕਵਾਂਗੀ ਕਿ ਉਹ ਸਟੇਜ ਤੇ ਆ ਜਾਏ। ਮੈਂ ਟੀਮ ਨੂੰ ਕਵਾਂਗੀ ਕਿ ਉਹਨਾਂ ਨੂੰ ਸਨਮਾਨਿਤ ਕੀਤਾ ਜਾਏ। ਅਗਲੀ ਕੰਟੈਸਟੈਂਟ ਇਕਜੋਤ ਕੌਰ। ਅਗਲੀ ਕੰਟੈਸਟੈਂਟ ਹੈ ਜੀ ਸਿਮਰਨਜੀਤ ਕੌਰ। ਅਗਲੀ ਕੰਟੈਸਟੈਂਟ ਜੀ ਸਿਮਰਨਜੋਤ ਕੌਰ। ਹਰਮਨ ਕੌਰ। ਗੁਰਪ੍ਰੀਤ ਕੌਰ। ਅਵਿਨਾਸ਼ ਕੌਰ। ਤਾੜੀਆਂ ਵਜਾ ਦਿਓ ਇਹ ਸਾਰੇ ਛੋਟੇ ਛੋਟੇ ਗਿਫਟ ਤੇ ਹੋਰ ਵੀ ਬਹੁਤ ਸਾਰੇ ਟਾਈਟਲਸ ਕੁੜੀਆਂ ਨੂੰ ਦਿੱਤੇ ਜਾ ਰਹੇ ਨੇ ਜੀ। ਮਨਵੀਰ ਕੌਰ। ਵਰਸ਼ਾ। ਜਸਲੀਨ ਕੌਰ। ਬਹੁਤ ਬਹੁਤ ਧੰਨਵਾਦ ਜੀ। ਤੇ ਮੈਂ ਪ੍ਰਭਜੀਤ ਸਿੰਘ ਜੀ ਡੋਗ ਸ਼ੈਲਟਰ ਤੋਂ, ਜਲਦੀ ਸਟੇਜ ਤੇ ਆ ਜਾਓ ਜੀ ਤੁਸੀਂ ਵੀ। ਬਹੁਤ ਬਹੁਤ ਧੰਨਵਾਦ ਹੈ ਸਾਡੇ ਖਾਸ ਮਹਿਮਾਨਾਂ ਦਾ। ਮੈਂ ਡਾਕਟਰ ਕੁਲਵੀਰ ਗੁਜਰਾ ਜੀ ਨੂੰ, ਸਾਡੇ ਜੱਜ ਸਾਹਿਬਾਨ ਜੀ ਨੂੰ ਕਵਾਂਗੀ ਕਿ ਉਹਨਾਂ ਨੂੰ ਸਨਮਾਨਿਤ ਕਰਨ, ਪ੍ਰਭਜੀਤ ਸਿੰਘ ਜੀ ਡੋਗ ਸ਼ੈਲਟਰ ਤੋਂ। ਤੇ ਮੈਂ ਰਮਨੀਕ ਸਿੰਘ ਜੀ 13-13 ਤੋਂ ਵੀ ਜੋ ਇੱਥੇ ਮੌਜੂਦ ਨੇ ਉਹਨਾਂ ਨੂੰ ਕਵਾਂਗੀ ਪਲੀਜ਼ ਸਟੇਜ ਤੇ ਆ ਜਾਓ ਜੀ। ਡਾਕਟਰ ਕੁਲਵੀਰ ਗੁਜਰਾ ਸਰ ਨੂੰ ਕਵਾਂਗੀ ਕਿ ਉਹ ਇਹਨਾਂ ਨੂੰ ਸਨਮਾਨਿਤ ਕਰਨ। ਇੱਥੇ ਸਾਡੇ ਨਾਲ ਪੂਰਾ ਪਰਿਵਾਰ ਮੌਜੂਦ ਹੈ ਜੀ, ਪੁਨੀਤ ਕੋਚਰ ਜੀ, ਰਮਨੀਕ ਸਿੰਘ ਜੀ ਤੇ ਹੁਣ ਇੰਤਜ਼ਾਰ ਦੀਆਂ ਘੜੀਆਂ ਖਤਮ ਹੁੰਦੀਆਂ। ਮੈਂ ਹੈਰੀ ਸਰ ਨੂੰ ਕਹਾਂਗੀ ਕਿ ਉਹ ਪਲੀਜ਼ ਆਡੀਓ ਪਲੇ ਕਰਨ ਤੇ ਸਾਰੀ ਪਾਰਟਿਸਪੈਂਟ ਸਟੇਜ ਤੇ ਆ ਜਾਣ ਜੀ, ਕਿਉਂਕਿ ਹੁਣ ਅਸੀਂ ਅਨਾਊਂਸ ਕਰਨ ਜਾ ਰਹੇ ਹਾਂ ਅੱਜ ਦੇ ਵਿਨਰ ਦਾ ਨਾਮ। ਤੁਹਾਨੂੰ ਪੂਰਾ ਪੂਰਾ ਗੈਸ ਕਰਨਾ ਪਏਗਾ ਤੇ ਤਾੜੀਆਂ ਤੇ ਵੱਜ ਹੀ ਨਹੀਂ ਰਹੀਆਂ, ਅੰਜਾਮ ਤੱਕ ਪਹੁੰਚ ਗਿਆ ਪਰ ਤੁਸੀਂ ਢਿੱਲੇ ਪੈ ਗਏ। ਕਰ
Setu, Gurjeet Kaur, first runner-up Arshdeep Kaur, second runner-up Harshdeep Kaur, three ਇੱਥੇ ਮੌਜੂਦ ਨੇ ਜੀ, ਸੱਗੀ ਫੁੱਲ ਲੈ ਕੇ ਹੋਈ ਆਉਣਗੀਆਂ। ਇਹ ਰਿਵਾਇਤ ਹੈ ਜੀ, ਸੱਗੀ ਫੁੱਲ ਅੱਜ ਅਸੀਂ ਭੁੱਲਦੇ ਜਾ ਰਹੇ ਹਾਂ, ਸਾਡਾ ਗਹਿਣਾ ਇਹਦੇ ਗੋਲਡ ਪਲੇਟਡ ਸੱਗੀ ਫੁੱਲ ਪਰਿਵਾਰ ਵੱਲੋਂ ਇਹ ਬੱਚਿਆਂ ਨੂੰ ਨਵਾਜਿਆ ਜਾਏਗਾ, ਸਜਾਇਆ ਜਾਏਗਾ ਇਸ ਸੱਗੀ ਫੁੱਲ ਨਾਲ। ਉੱਤਰਾਖੰਡ ਵੈਂਚਰਸ ਤੋਂ ਹਰਬੀਰ ਕੌਰ ਜੀ ਨੂੰ ਸਟੇਜ ਤੇ ਸੱਦਾ ਦੇਵਾਂਗੇ ਜੀ। ਉਸ ਤੋਂ ਪਹਿਲੇ any guesses? Judges nu bolu, judges ne sir, second runner up season 5, taadiyan vajjan giyan ta bulana hai, contestant number ਜਾਨ ਸੁੱਕੀ ਹੁੰਦੀ ਹੈ। ਮੈਂ ਸੈਕਿੰਡ ਰਨ ਅਪ ਨੂੰ ਮਿਲ ਰਹੀ ਜੀ ਉੱਤਰਾਖੰਡ ਦੀ ਤਰਫ ਤੋਂ ਅੰਮ੍ਰਿਤਸਰ। ਥੈਂਕ ਯੂ ਸੋ ਮਚ ਜੀ। ਸੱਗੀ ਫੁੱਲ ਅਤੇ ਹੋਮਾ ਪਾਏ ਦੀ ਤਰਫੋਂ ਇੱਕ ਟਰਾਫੀ, ਸੁਨੱਖੀ ਪੰਜਾਬਣ ਦੇ 5 ਸਾਲ, ਸੈਕਿੰਡ ਰਨ ਅਪ ਕੰਟੈਸਟ ਨੰਬਰ 18। ਸਿਮਨੀਤ ਕੌਰ ਨੂੰ ਬੋਲਾਂਗੀ ਕਿ ਉਹ ਅੱਗੇ ਆ ਕੇ ਬਹੁਤ ਬਹੁਤ ਧੰਨਵਾਦ ਪਾਰਟੀਆਂ ਨਜ਼ਰਾਂ ਦਾ। ਇਹ ਉਹ ਘੜੀ ਹੈ, ਇਹ ਸੱਗੀ ਫੁੱਲ ਇੱਕ ਮਾਂ ਦੀ ਸੌਗਾਤ ਇੱਕ ਧੀ ਨੂੰ, ਤਾਂ ਕਿ ਆਪਣਾ ਵਿਰਸਾ ਸਾਂਭ ਕੇ ਰੱਖੀ। ਬਹੁਤ ਬਹੁਤ ਧੰਨਵਾਦ। ਜੱਜਿਸ ਨਾਲ ਇੱਕ ਫੋਟੋਗ੍ਰਾਫ, ਗੁੱਡ ਫੋਟੋਗ੍ਰਾਫ ਜ਼ਰੂਰ ਬਣਦੀ ਹੈ। ਸਿਮਨੀਤ ਕੌਰ ਔਰ ਰਲੀਨ ਕੌਰ ਨੂੰ ਬੋਲਾਂਗੀ ਕਿ ਇੱਕ ਮਾਣ ਚਿੰਨ੍ਹ ਜੋ ਉਹਨਾਂ ਨੇ ਦੇਣਾ ਹੈ ਜਸਲੀਨ ਕੌਰ ਨੂੰ, ਕੰਟੈਸਟ ਨੰਬਰ 18, ਉਹ ਜ਼ਰੂਰ ਦੇਣ। ਗਰੁੱਪ ਫੋਟੋਗ੍ਰਾਫ ਹਰਸ਼ ਤੋਂ ਫਸਟ ਰਨਰ ਅਪ ਸੁਨੱਖੀ ਪੰਜਾਬਣ ਸੀਜ਼ਨ 5 ਫਸਟ ਰਨਰ ਅਪ। ਅਕਾਲ ਸਹਾਇ ਚੈਨਲ ਦੀ ਲਾਈਵ ਕਰਦੇ
ਵਾਲੇ ਵੀਰਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ, ਜਸਵਿੰਦਰ ਸਿੰਘ ਜੀ ਦਾ ਧੰਨਵਾਦ। ਮੈਂ ਬੋਲਾਂਗੀ ਮੀਡੀਆ ਵਾਲੇ ਵੀਰ ਜਸਵਿੰਦਰ ਸਿੰਘ ਜੀ ਅਗਰ ਮੌਜੂਦ ਨੇ ਪਲੀਜ਼ ਸਟੇਜ ਤੇ ਆ ਜਾਣ। ਇੰਦਰਪ੍ਰੀਤ ਕੌਰ ਮੈਨੂੰ ਦਿਖ ਰਹੀ ਹੈ ਲੇਕਿਨ ਉਹ ਸਟੇਜ ਤੇ ਨਹੀਂ ਆਈ ਹੈ, ਪਤਾ ਨਹੀਂ ਕਿਉਂ ਨਹੀਂ ਆਈ ਹੈ। ਜਲਦੀ ਇੰਦਰਪ੍ਰੀਤ, ਸਾਡੀ ਸੀਜ਼ਨ 2 ਦੀ ਵਿਨਰ, ਦੋ ਵਿਨਰ, ਹਾਂ ਸੀਜ਼ਨ 3 ਦੀ ਵਿਨਰ ਜਸਮੀਤ ਕੌਰ ਨੂੰ ਇਰਲੀਨ ਕੌਰ ਇੱਕ ਪਿਆਰਾ ਜਿਹਾ ਤੋਹਫਾ ਦੇਣਾ ਚਾਹੁੰਦੀ ਹੈ। ਸੁਨੱਖੀ ਪੰਜਾਬਣ ਦੇ 5 ਸਾਲ 5 ਤਾਰੇ ਚਮਕਦੇ ਰਹਿਣ ਜ਼ਿੰਦਗੀ ਭਰ ਸਾਰੇ। ਸੁਨੱਖੀ ਪੰਜਾਬਣ ਬਹੁਤ ਬਹੁਤ ਧੰਨਵਾਦ ਸਾਰੇ ਜੱਜ ਸਾਹਿਬਾਨਾਂ ਦਾ। ਮੈਂ ਸਪੋਂਸਰਸ ਨੂੰ ਬੇਨਤੀ ਕਰਾਂਗੀ ਕਿ ਉਹ ਸਟੇਜ ਤੇ ਆ ਜਾਣ। ਐਸ਼ਲੇ ਕੌਰ ਨੂੰ ਬੇਨਤੀ ਕਰਾਂਗੀ ਸਟੇਜ ਤੇ ਆ ਜਾਣ। ਕਿਰਨ ਜੀ, ਸਾਰੇ ਸਪੋਂਸਰਸ ਨੂੰ ਬੇਨਤੀ ਹੈ ਜਿਨ੍ਹਾਂ ਦੀ ਬਦੌਲਤ ਦੇ ਸ਼ੋਅ ਅੱਜ ਚੱਲ ਰਿਹਾ ਜੀ, ਉਹ ਸਟੇਜ ਤੇ ਆ ਜਾਣ। ਸਾਰੇ ਸਪੋਂਸਰਸ ਕੋ ਰਿਕੁਐਸਟ ਹੈ, ਹਿੰਦੀ 'ਚ ਬੋਲ ਰਹੀ ਕਿਉਂਕਿ ਕਈ ਸਪੋਂਸਰ ਸਾਡੇ ਪੰਜਾਬੀ ਨਹੀਂ ਸਮਝ ਪਾ ਰਹੇ, ਇਸ ਕਰਕੇ ਬੇਨਤੀ ਹੈ ਸਾਰੇ ਸਪੋਂਸਰ ਤੇ ਲਓ ਜੀ, ਇੱਕ ਸਾਈਡ ਗੁਰਪ੍ਰੀਤ ਖੜੀ ਹੋ ਜਾਏ ਤੇ ਇੱਕ ਸਾਈਡ ਇੰਦਰਪ੍ਰੀਤ ਖੜੀ ਹੋ ਜਾਏ। ਸੱਗੀ ਕੁੱਲ ਨਾਲ ਨਵਾਜਣ ਲੱਗਿਆ ਜੀ, ਕੈਸੇਸ ਮੈਂ ਇਹ ਕੰਮ ਨਾ ਸਿਮਰੀਨ ਮੈਮ ਨੂੰ ਹਮੇਸ਼ਾ ਬੋਲੀ, ਸਿਮਰੀਨ ਮੈਮ ਆ ਜਾਓ। ਨਹੀਂ ਸਾਰੇ ਜਿੰਨੇ ਵੀ ਜੱਜ ਸਾਹਿਬਾਨ ਨੇ ਉਹਨਾਂ ਨੂੰ ਮੈਂ ਪਲੀਜ਼ ਬੋਲਾਂਗੀ ਕਿ ਅੱਗੇ ਆਉਣ, ਔਰ ਇੱਕੋ ਆਵਾਜ਼ 'ਚ ਮੈਂ ਤੁਹਾਡੇ ਹਰਪ੍ਰੀਤ ਨੇ ਮੈਨੂੰ ਇਹ ਦੱਸਿਆ ਸੀ
ਸਾਲ ਕੀਤਾ, ਦੋ ਤਰ੍ਹਾਂ ਤਾਲੀਆਂ, ਔਰ ਇਹਨਾਂ ਦੇ ਦੋ ਬੇਟੀਆਂ ਨੇ ਜਿਹਦਾ ਕੋਈ ਇਹਨਾਂ ਨੂੰ ਸੁਣਨ ਮਿਲਦਾ ਕਿ ਤੇਰੇ ਯਾਰ ਤੇਰੇ ਤੋਂ ਦੋ ਪੱਥਰ ਨੇ, ਪਰ ਇਹ ਬਹੁਤ ਪ੍ਰਾਊਡ ਫੀਲ ਕਰਦੀ ਕਿ ਇਹਨਾਂ ਦੀ ਦੋ ਬੇਟੀਆਂ ਨੇ, ਦੋ ਤਰ੍ਹਾਂ ਤਾਲੀਆਂ, ਦੋ